ਹੋਰ ਪ੍ਰੋਟੈਕਟ ਖਾਣੇ ਪਾਈ ਕੇ ਭਾਈ ਆ ਜਾਓ ਤੇ ਲੋਕਾਂ ਸਾਰਿਆਂ ਨੂੰ ਹੈਵੀ ਹੈ, ਦੂਜਿਆਂ ਨੂੰ ਇਹਦਾ ਕੀ ਫਰਕ ਆ? ਦੂਜਿਆਂ ਨੂੰ ਫਰਕ ਹੈ ਜਿਵੇਂ ਹੁਣ ਅਸੀਂ ਪਹਿਲਾਂ ਤਾਂ ਇੱਥੋਂ ਸ਼ੁਰੂ ਸਟਾਰਟਿੰਗ ਕਰ ਦਿਆਂਗੇ, ਇੱਥੇ ਤੁਹਾਨੂੰ ਦੇਖ ਸਾਡੇ ਕੋਈ ਲੇਹੜ ਨਹੀਂ ਮਿਲੂਗੀ, ਠੀਕ ਹੈ ਜੀ, ਜੋੜ ਨਹੀਂ ਮਿਲੂਗਾ, ਠੀਕ ਨਹੀਂ, ਹਰ ਇੱਕ ਬਾਗ 'ਤੇ ਤੁਹਾਨੂੰ ਚਾਰ ਲੇਹੜਾਂ ਮਿਲਣਗੀਆਂ, ਠੀਕ ਹੈ, ਕਿਤੋਂ ਵੀ ਸਾਡਾ ਤੁਸੀਂ ਐਂ ਲਾ ਲਓ ਤੁਹਾਨੂੰ ਬੈਲਟ ਮਨਜ਼ੂਰੀ ਹੋਊਗਾ, ਫਿਰ ਅਸੀਂ ਆਹ ਦੇਖ ਲਓ ਪੈਪ ਲਾਉਂਦੇ ਹਾਂ, ਇਹਦੇ ਹੋਲਡਰ ਵੀ ਲਾ ਕੇ ਦਿੰਦੇ, ਆਮ ਕੰਪਨੀਆਂ 'ਤੇ ਸਰੀਏ ਜਿਹਾ ਲਾ ਕੇ ਟੰਗ ਦਿੰਦੀਆਂ ਨੇ ਤਾਂ ਹੋਲਡਰਾਂ 'ਚ ਰੇਤਾ ਪੈ ਜਾਂਦਾ, ਸਹੀ ਗੱਲ, ਇਹਨੂੰ ਅਸੀਂ ਐਡਜਸਟ ਕਰਨੀ ਆ, ਗੇਅਰ ਲਾਇਆ ਵਾ ਜੀ, ਠੀਕ ਹੈ, ਨਾ ਕੋਈ ਚੈਨ ਆ, ਨਾ ਕੋਈ ਚੂੜੀ ਆ ਉੱਪਰ ਚੱਕਣ ਦੇ ਲਈ, ਠੀਕ ਹੈ ਜੀ, ਉਹ ਤੋਂ ਬਾਅਦ ਜਿਹੜਾ ਅਸੀਂ ਆਹ ਦੇਖ ਲਓ ਸਾਡਾ ਮਾਡਲ ਹੈਗਾ, ਤੁਸੀਂ ਆਹ ਬਾਗ ਦਾ ਲਾ ਲਓ ਤੁਸੀਂ ਗੁਲਾਈ ਹੈ, ਮਿੱਟੀ ਹੈ ਜਿਹੜੀ ਉਹ ਆਸਾਨੀ ਨਾਲ ਘੁੰਮਦੀ ਰਹਿੰਦੀ ਹੈ, ਠੀਕ ਹੈ ਜੀ, ਅਤੇ ਜਿਹੜਾ ਇਹਨੂੰ ਆਹ ਬਲੇਡ ਲੱਗਿਆ ਹੋਇਆ EN8 ਮਟੀਰੀਅਲ ਦਾ ਬਲੇਡ ਹੈ ਬਾਈ ਜੀ, ਟੈਂਪਰ ਹੈ ਇਹ, ਠੀਕ ਹੈ, ਮੰਨ ਲਓ ਇਹਦੀ ਕਸਾਈ ਨਹੀਂ ਹੈਗੀ, ਠੀਕ ਹੈ ਜੀ, ਉਦੋਂ ਆਹ ਪਿੱਛੇ ਤੁਹਾਨੂੰ ਆਹ ਸਾਡਾ ਡਿਸਟ੍ਰੀਬਿਊਟਰ ਵਧੀਆ ਕੁਆਲਿਟੀ ਦਾ ਪਿੱਛਾ ਹੋਣੇ ਬਾਈ, ਇਸ ਨਾਲ ਤੁਹਾਨੂੰ ਕਿਸੇ 'ਤੇ ਨਹੀਂ ਮਿਲਦਾ ਹੈ, ਸਿਰਫ ਐਗਰੀਜ਼ੋਨ ਦੀ ਬਾਗ 'ਤੇ ਆਹ ਟਾਇਰਾਂ ਨੂੰ ਪਲਟਣ ਤੋਂ ਪਲੇਟ ਲਾ ਲਓ ਤੁਸੀਂ, ਹਿੱਸੇ ਦੀ ਬਣਾਵਟ 4X ਨਾਲ ਆ, ਤੁਸੀਂ ਸਾਈਡ 'ਤੇ ਲਾ ਲਓ ਰਿੰਬਾਂ 'ਚ, ਇਹ ਵੀ ਲੋਕ ਦਿੱਤੇ ਨੇ ਵੀ ਤੁਹਾਡਾ ਕੋਈ ਕੱਪ ਨਾ ਉਹ ਹੋ ਜੇ, ਆਹ ਟੂਲ ਅਸੀਂ ਦੇਖ ਲਓ ਬਹੁਤ ਵਧੀਆ, ਤੁਸੀਂ ਆਪਦਾ ਜਿਹੜਾ ਸਮਾਨ ਹੈ ਸ਼ਰਮਾ ਸਵਾਲ ਹੁਣ ਜਦੋਂ ਝੋਨੇ ਲੱਗਣੇ ਹੁੰਦੇ ਆ ਉਦੋਂ ਕੰਪਿਊਟਰ ਕਿਰਾਏ ਤੇ ਕਿਰਾਇਆ ਤੁਰਿਆ ਫਿਰਦਾ ਹੁੰਦਾ ਕਿੱਲੇ ਕਿੱਲੇ ਤੇ ਤੁਰਿਆ ਫਿਰਦਾ ਆਪਸ ਦੇ ਵਿੱਚ ਡਿਫੈਂਸ ਦੇ ਵਿੱਚ, ਮਤਲਬ ਆਪਾਂ ਅਕਸਰ ਹੀ ਦੇਖਦੇ ਖੇਤਾਂ ਦੇ ਵਿੱਚ ਇੱਕ ਦੂਜੇ ਦਾ ਸਿਗਨਲ ਚੈੱਕ ਕਰਦੇ ਆ, ਨਹੀਂ ਬਾਈ ਆਪਣਾ ਸਿਸਟਮ ਹੈ ਜਿਹੜਾ ਦੋ ਤਰ੍ਹਾਂ ਦਾ ਸਿਸਟਮ ਆਉਂਦਾ, ਇੱਕ ਵਾਈਫਾਈ ਮਾਡਲ ਆਉਂਦਾ, ਇੱਕ GPS ਆਉਂਦਾ, ਠੀਕ ਹੈ ਜੀ, ਵਾਈਫਾਈ ਮਾਡਲ ਤਾਂ ਆਮ ਜਿਵੇਂ ਆਪਣੇ ਚੱਲਦੇ ਨੇ ਉਹਦਾ ਬਿਨਾਂ ਵਾਈਫਾਈ ਤੋਂ, ਦੂਜੀਆਂ ਕੰਪਨੀਆਂ ਆਪਣਾ ਵਾਈਫਾਈ ਆ, ਠੀਕ ਹੈ, ਵਾਈਫਾਈ ਦਾ ਕੀ ਮਤਲਬ ਹੈ ਤੁਹਾਨੂੰ ਤਰਪਾਲੀ ਕੋਲ ਜਾਣ ਦੀ ਲੋੜ ਨਹੀਂ ਪੈਣੀ, ਠੀਕ ਹੈ, ਉੱਥੋਂ ਹੀ ਬੰਦ ਕਰਨਾ ਉੱਥੇ ਹੀ ਚੱਲੂਗਾ, ਰੇਂਜ ਨਹੀਂ ਖਿੱਚਦਾ, ਠੀਕ ਹੈ ਜੀ, GPS ਮਾਡਲ ਹੈ ਉਹਦੇ 'ਤੇ ਆਪਾਂ ਨੂੰ ਤਰਪਾਲੀ ਦੀ ਲੋੜ ਨਹੀਂ ਹੈਗੀ, 2.5 ਕਿਲੋਮੀਟਰ ਤੱਕ ਦੀ ਰੇਂਜ ਆ ਉਸਦੀ, ਠੀਕ ਹੈ, ਅਤੇ ਬਿਨਾਂ ਤਰਪਾਲੀ ਅਤੇ ਬਿਨਾਂ ਇਹ ਤੋਂ ਰਿਸੀਵਰ ਤੋਂ ਚੱਲੂਗਾ, ਠੀਕ ਹੈ, ਉਹਦੇ ਆਲੇ ਦੁਆਲੇ ਚਾਹੇ ਤੁਸੀਂ 20 ਕਰਾਹੇ ਘੁਮਾ ਲਿਓ, ਠੀਕ, ਪਰ ਉਹ ਰੇਂਜ ਨਹੀਂ ਫੜੂਗਾ, ਸਾਡੀ ਗਰੰਟੀ, ਠੀਕ ਹੈ ਜੀ, ਆਹੀ ਸਭ ਤੋਂ ਵੱਡਾ ਜਿਹੜਾ ਜਿਹੜਾ ਸਾਡਾ GPS ਮਾਡਲ ਆ, ਚਾਹੇ ਤੁਸੀਂ ਉਹਦੇ ਆਲੇ ਦੁਆਲੇ 20 ਕਰਾਹੇ ਘੁਮਾ ਲਿਓ, ਐਂ ਲਾਈਨ ਲਾ ਕੇ ਚਲਾ ਲਿਓ, ਪਰ ਉਹ ਰੇਂਜ ਨਹੀਂ ਫੜੂਗਾ, ਆਪਣੀ ਰੇਂਜ ਆ, ਹਾਂਜੀ, ਉਹ ਸੈਟੇਲਾਈਟ ਨਾਲ ਚੱਲਦਾ ਬਾਈ ਜੀ, ਉਹਦਾ ਕੋਈ ਤਰਪਾਲੀ ਨਾਲ ਜਾਂ ਉਹਦੇ ਨਾਲ ਸਿਸਟਮ ਨਾਲ ਉਹਦਾ ਕੋਈ ਲਿੰਕ, ਸਹੀ ਹੈ, ਇਹੀ ਸਭ ਤੋਂ ਵੱਡੀ ਸਾਡੀ 2 ਸਾਲ ਦੀ ਗਰੰਟੀ ਵਾਰੰਟੀ ਹੈ ਇਹਦੀ, ਠੀਕ ਹੈ, ਕਿਰਾਹੇ ਦੀ ਵੀ ਤੇ ਸਿਸਟਮ ਦੀ ਵੀ ਤੇ ਬਾਕ ਦੀ ਵੀ ਬਾਈ ਜੀ, ਖੇਤ ਦੇ ਵਿੱਚ ਸਰਵਿਸ ਹੈ, ਕਿਰਾਹੇ ਦੇ ਵਿੱਚ ਨਾ ਬਾਈ ਜਿਹੜੀ ਸਿਸਟਮ ਵਾਲੀ ਹੈ ਜੀ, ਕੋਈ ਵੀ ਕੰਪਨੀ ਸਰਵਿਸ ਖੇਤ 'ਚ ਨਹੀਂ ਦਿੰਦੀ, ਠੀਕ ਹੈ ਜੀ, ਕਿਉਂ ਫੀਲਡ 'ਚ ਕੋਈ ਸਰਵਿਸ ਨਹੀਂ ਦਿੰਦੀ, ਜੇ ਤੁਹਾਨੂੰ ਮੰਨ ਲਓ ਕੋਈ ਦਿੱਕਤ ਆਉਂਦੀ ਹੈ ਹੋਰ ਕੰਪਨੀ ਦੇ ਜਿਹੜੇ ਲੇਜ਼ਰ ਸਿਸਟਮ ਨੇਗੇ, ਤਾਂ ਤੁਹਾਨੂੰ ਉਹਨਾਂ ਦੇ ਸੈਂਟਰ 'ਤੇ ਲਿਜਾ ਕੇ ਕਰਾ ਕੇ ਲਿਆਉਣਾ ਪਊਗਾ, ਠੀਕ ਹੈ, ਸਾਡੀ ਜਿਹੜੀ ਕੰਪਨੀ ਉਹ ਤੁਹਾਨੂੰ ਖੇਤ ਸਰਵਿਸ ਦਿੰਦੀ ਹੈ, ਤੁਹਾਡਾ ਜਿਹੜਾ ਮੰਨ ਲਓ ਕੋਈ ਨੁਕਸ ਪੈਂਦਾ ਤਾਂ ਉਹ ਦੂਜਾ ਲਾ ਕੇ ਆਪਦਾ ਨਵਾਂ ਲਾ ਆਊਗੀ ਤੇ ਦੂਜਾ ਲਾ ਆਊ, ਠੀਕ ਹੈ, ਫੁੱਲ ਸਰਵਿਸ, ਮਤਲਬ ਕੰਮ ਨਹੀਂ ਖੜਨੇ, ਕੰਮ ਨਹੀਂ ਖੜਨ ਦਿੰਦੇ ਜੀ, ਠੀਕ ਹੈ, ਅੱਛਾ ਜੀ ਇਹ ਤਾਂ ਹੋ ਗਈ ਗੱਲ ਤੁਹਾਡੇ ਨਵੇਂ, ਹਾਂਜੀ, ਮੰਨ ਲਓ ਕਿਸੇ ਕੋਲੇ ਪੁਰਾਣੀ ਪੁਰਾਣਾ ਕੋਈ ₹2,75,000 ਰੁਪਇਆ ਰੇਟ ਹੈ, ਠੀਕ ਹੈ ਜੀ, ਹਾਂਜੀ, ਤੇ ਜੇ GPS ਸਿਸਟਮ ਨਾਲ ਲੈਣਾ ਤਾਂ 3,70,000 ਰੁਪਇਆ, 3,70,000, ਇਹਦਾ ਹੋ ਗਿਆ ਤੁਹਾਡੀ ਕੰਪਨੀ ਦਾ ਰੇਟ, ਹਾਂਜੀ,
ਅਤੇ ਸਾਡੀ ਵੀਡੀਓ ਦੇਖ ਕੇ ਆਵੇ ਬੰਦਾ, ਉਹਨਾਂ ਨੂੰ ਕਿੰਨੇ ਦਾ ਦੇਣ? ਉਹਨਾਂ ਵਾਸਤੇ ਬਾਈ ਜੀ 5,000 ਰੁਪਇਆ ਡਿਸਕਾਊਂਟ ਅਤੇ ਇੱਕ LED ਫਰੀ। ਠੀਕ ਹੈ ਜੀ, 5,000 ਰੁਪਇਆ ਡਿਸਕਾਊਂਟ ਅਤੇ ਇੱਕ LED ਫਰੀ। ਜੋ ਵੀ ਸ਼ਰਮਾ ਜੀ ਦੇ ਸਾਡੇ ਪੇਜ ਨੂੰ ਲਾਈਕ ਕਰਕੇ, ਫੋਲੋ ਕਰਕੇ ਅਤੇ ਸ਼ੇਅਰ ਕਰਕੇ ਸਾਡੇ ਕੋਲ ਲੈ ਕੇ ਆਊਗਾ। ਹਾਂਜੀ, 10,000 ਰੁਪਇਆ ਬਾਈ, 5 ਮੈਂਸ਼ਨਾਂ ਲੈਣਾ, ਮੈਂ ਮਿਹਨਤ ਕਰਾਂਗਾ। ਠੀਕ ਹੈ, ਇੱਕ 10,000 ਰੁਪਇਆ ਘੱਟ ਦੇ ਪੈਸੇ ਦੇ ਦੇ ਉਹਨੂੰ ਜੀ। ਇੱਕ ਜੀ LED ਦੇ ਦਿਓ, ਕਿੰਨੇ ਇੰਚੀ ਦਿਓਗੇ? 32 ਇੰਚੀ ਦੇਵਾਂਗੇ। 32 ਇੰਚੀ ਅਤੇ ਇਹ ਜਿਹੜੀ ਸਕੀਮ ਹੈ ਸ਼ਰਮਾ ਜੀ ਨੂੰ ਅਸੀਂ 10,000 ਦਿੰਦੇ ਹਾਂ, ਇਹ ਵੀਡੀਓ ਪਾਉਣ ਤੋਂ 1 ਮਹੀਨੇ ਤੱਕ ਦੀ ਹੈ। 1 ਮਹੀਨੇ ਤੱਕ ਦੀ ਵੈਲਿਡ ਹੈਗੀ। ਉਦੋਂ ਬਾਅਦ ਜੋ ਨਵਾਂ ਹੋਊਗਾ, ਅਸੀਂ ਨਵਾਂ ਸਿਸਟਮ ਹੋਊਗਾ, ਉਹਦਾ ਅਸੀਂ ਅਪਡੇਟ ਕਰਦੇ ਰਹਾਂਗੇ। ਠੀਕ ਹੈ, ਲੈ ਬਾਈ ਧਮਾਕਾ ਕਰਤਾ ਬਾਈ। ਇਹ ਅਜੇ ਧਮਾਕਾ ਨਹੀਂ ਨੇੜੇ ਆਇਆ ਬਾਈ, ਇੰਨਾ ਦਾ ਕੀ ਰੇਟ ਹੈ ਬਾਈ? ਇਹਦਾ ਆਪਾਂ ਰੇਟ ਨਹੀਂ ਪੁੱਛਿਆ। ਐਗੀਜ਼ੋਨ ਦਾ ਜਿਹੜਾ ਰੀਪਰ ਹੈ ਬਾਈ, ਰੀਪਰ ਹੈਗਾ 57 ਇੰਚੀ, ਰੀਪਰ ਦਾ 3,35,000 ਰੁਪਇਆ ਰੇਟ ਹੈ। ਠੀਕ ਹੈ ਜੀ, ਨਹੀਂ ਉਹ ਤਾਂ ਹੋ ਗਿਆ, ਇਹਦੇ ਨਾਲ ਵੀ LED ₹10,000 ਮਸ਼ੀਨ ਤੇ ਇੱਕ LED ਤੁਹਾਨੂੰ ਗਿਫਟ, ਮੇਰਾ ਚੈਨਲ ਲਾਈਕ ਕਮੈਂਟ ਸ਼ੇਅਰ ਕਰਨ ਤੇ ਤੇ ਬਹੁਤ ਬਹੁਤ ਮਿਹਰਬਾਨੀ। 1 ਮਹੀਨੇ ਤੱਕ ਠੀਕ ਹੈ, ਬਹੁਤ ਬਹੁਤ ਮਿਹਰਬਾਨੀ। ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ। ਤੇ ਬਾਈ ਜੀ ਇੱਕ ਤਾਂ ਤੁਹਾਡਾ ਐਡਰੈਸ ਦੱਸੋ, ਇੱਕ ਤੁਹਾਡਾ ਮੋਬਾਈਲ ਨੰਬਰ। ਐਡਰੈਸ ਬਾਈ ਜੀ ਆਪਣਾ ਰਵਿਦਾਸ ਚੌਂਕ, ਜਿੱਥੇ ਟਰੈਕਟਰ ਮੇਲਾ ਗਰਾਊਂਡ ਹੈਗਾ ਉਹਦੇ ਸਾਹਮਣੇ ਜਮਾਂ ਐਗਰੀਜ਼ੋਨ ਦਾ ਸ਼ੋਰੂਮ ਹੈਗਾ, ਤਲਵੰਡੀ ਸਾਬੋ। 9,600,94,600 ਆਪਣਾ ਨੰਬਰ ਹੈਗਾ, ਦੁਬਾਰਾ ਨੋਟ ਕਰ ਲਓ ਬਾਈ, 9,600,98,70,600 ਅਤੇ ਇੱਕ ਨੰਬਰ ਹੋਰ ਨੋਟ ਕਰ ਲਓ, 9,173,78,200। ਠੀਕ, ਤੁਸੀਂ ਕਿਸੇ ਵੀ ਸਾਨੂੰ ਫੋਨ 'ਤੇ ਕੰਟੈਕਟ ਕਰ ਦਿਓ ਬਾਈ, ਯਾਰ ਘਰ ਹੀ ਭੇਜ ਦਾਂਗੇ, ਆਉਣ ਦੀ ਵੀ ਲੋੜ ਨਹੀਂ। ਤੁਸੀਂ ਬਾਈ ਇੱਕ ਬੇਨਤੀ ਆ, ਗੱਲ ਦੱਸਿਓ ਸੱਚੀ ਮੇਰੀ, ਠੀਕ ਹੈ? ਗੱਲ ਕਿਤੋਂ ਵੀ ਪਤਾ ਕਰ ਲਓ ਜੀ ਆਪਦੇ ਇਲਾਕੇ ਦੇ ਵਿੱਚੋਂ, ਜੇ ਤੁਹਾਨੂੰ ਇੱਦੂ ਘੱਟ ਰੇਟ ਮਿਲਦਾ ਤੇ ਆਪਾਂ ਨੂੰ ਕਹਿੰਦੇ ਕੋਈ ਸ਼ਰਮਾ ਯਾਰ ਤੂੰ ਗਲਤ ਵੀਡੀਓ ਬਣਾਤੀ, ਰੇਟ ਚੈੱਕ ਕਰਕੇ ਫਿਰ।